ਹੋਰ ਪਿਆਰ ਕਰ ਕਰ ਨਹੀਂ ਜੰਮਦੇ ਮੇਰੇ ਪਿਆਰੇ ਕਰ ਕਰ ਨਹੀਂ ਜੰਮਦੇ ਮੇਰੇ ਪਿਆਰੇ ਵਾ 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 ਕਰ ਕਰ ਨਹੀਂ ਜੰਮਦੇ ਵਾ 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 ਕਰ ਕਰ ਨਹੀਂ ਜੰਮਦੇ ਵਾ 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 ਸੰਤ ਭਗਤ ਤੇ ਤੁਰਮਾ ਦਾਨੀ ਸੰਤ ਭਗਤ ਤੇ ਤੁਰਮਾ ਸੰਤ ਭਗਤ ਤੇ ਤੁਰਮਾ ਦਾਨੀ ਸੰਤ ਭਗਤ ਤੇ ਤੁਰਮਾ ਭਗਤ ਕੋਲ ਤੁਰਮਾ ਦਾਨੀ ਸੰਤ ਭਗਤ ਤੇ ਤੁਰਮਾ ਸੰਤ ਭਗਤ ਤੇ ਤੁਰਮਾ ਕਰ ਕਰ ਨਹੀਂ ਜੰਮਦੇ ਜੀ ਦਾਨੀ ਸੰਤ ਭਗਤ ਤੇ ਤੁਰਮਾ ਕਰ ਕਰ ਨਹੀਂ ਜੰਮਦੇ ਤਨ ਜਨ ਆਇਆ ਜੇ ਪਤਾ ਤਬ ਜਗਤ ਤਰਾਇਆ ਜਨ ਅਮਨ ਕਾ ਇਹ ਤੁਆਉ ਜਨ ਕ ਤੰਗ ਚਿਤ ਆਵੈ ਨਾ ਜਨ ਅਮਨ ਕਾ ਇਹ ਤੁਆਉ ਜਨ ਕ ਤੰਗ ਚਿਤ ਆਵੈ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਜਨ ਕੋ ਤਦਾ ਨਮਸਕਾਰ ਪਰਮ ਸਤਿਕਾਰਯੋਗ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠੀ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੇ ਦੁਨਿਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਯਾਨੀ ਕਿਰਪਾਲਤਾ ਕਰ
ਤਾਂ ਤਿਆਓ ਥੋੜ੍ਹਾ ਜਿਹਾ ਸਮਾਂ ਸਤਿਗੁਰੂ ਗੁਰੂ ਗ੍ਰੰਥ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਾਈਏ। ਜਨਣੀ ਜਣੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਣੀ ਬਾਂਝ ਰਹੇ ਕਾਹੇ ਗੁਵਾਵੈ ਨੂਰ। ਅਸੀਂ ਜਿੰਨੇ ਵੀ ਦੁਨੀਆਂ 'ਤੇ ਬੈਠੇ ਹਾਂ, ਦੁਨੀਆਂ ਦਾ ਹਰ ਬੰਦਾ ਇਹ ਸੋਚਦਾ ਮੇਰਾ ਸੰਸਾਰ 'ਤੇ ਨਾਮ ਰਹੇ, ਪਰ ਨਾਮ ਪੁੱਤਰਾਂ ਕਰਕੇ ਨਹੀਂ ਰਹਿੰਦਾ। ਸਾਧ ਸੰਗਤ ਜੀ, ਆਮ ਦੁਨੀਆਂ ਦੀ ਕਹਾਵਤ ਹੈ ਕਿ ਜੇ ਮੇਰੇ ਔਲਾਦ ਨਾ ਹੋਈ, ਕਿਸੇ ਬੇ ਔਲਾਦੇ ਦੇ ਔਲਾਦ ਨਾ ਹੋਵੇ, ਉਹ ਬੰਦਾ ਸੋਚਦਾ ਕਿ ਮੇਰਾ ਦੁਨੀਆਂ 'ਤੇ ਨਾਂ ਨਹੀਂ ਰਹਿਣਾ। ਬੱਚਿਆਂ ਕਰਕੇ ਨਾਂ ਸਾਧ ਸੰਸਾਰ 'ਤੇ ਨਹੀਂ ਰਹਿੰਦਾ। ਸਾਨੂੰ ਆਪਣੇ ਪਿਓ ਦੇ ਨਾਂ ਦਾ ਪਤਾ, ਆਪਣੇ ਦਾਦੇ ਦੇ ਨਾਂ ਦਾ ਪਤਾ। ਮੇਰੇ ਖਿਆਲ ਹੈ ਕਿ ਵੱਧ ਤੋਂ ਵੱਧ ਪੜਦਾਦੇ ਦੇ ਨਾਂ ਦਾ ਪਤਾ ਹੋਵੇਗਾ। ਜੇ ਚੌਥੀ ਪੰਜਵੀਂ ਪੀੜ੍ਹੀ ਦੇ ਵਿੱਚ ਜਾ ਕੇ ਵੇਖੀਏ, ਸਾਡੀ ਚੌਥੀ ਪੰਜਵੀਂ ਪੀੜ੍ਹੀ 'ਚ ਕੌਣ ਹੋ ਗਿਆ, ਸਾਧ ਸੰਗ ਸ਼ਾਇਦ ਕਿਸੇ ਭਾਗਾਂ ਵਾਲੇ ਨੂੰ ਇਸ ਗੱਲ ਦਾ ਪਤਾ ਹੋਵੇ। ਕੋਈ ਸਮਝਦਾ ਸ਼ਾਇਦ ਨਾ ਦੁਨੀਆਂ ਦੇ ਵਿੱਚ ਬਹੁਤੀਆਂ ਜ਼ਮੀਨਾਂ ਜਦੋਂ ਜਾਇਦਾਦਾਂ ਕਰਕੇ ਰਹਿੰਦਾ। ਦੁਨੀਆਂ ਦੇ ਵਿੱਚ ਕਿੰਨੇ ਕਿੰਨੇ ਲੋਕ ਹੋ ਗਏ ਸਾਧ ਸੰਗਤ ਜਿਨ੍ਹਾਂ ਦਾ ਕੋਈ ਥਾਂ ਨਹੀਂ ਹੈ, ਪਰ ਨਾ ਸਾਧ ਸੰਗ ਉਹਨਾਂ ਦਾ ਰਹੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਾਰੇ ਫੈਸਲਾ ਦੇ ਦਿੱਤਾ ਕਿ ਇਹਨਾਂ ਦਾ ਨਾਂ ਰਹੇਗਾ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਔਰੰਗਜ਼ੇਬ ਨੇ ਕਿਹਾ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਕਿ ਮੇਰੀਆਂ ਤਿੰਨ ਸ਼ਰਤਾਂ ਨੇ। ਤਿੰਨ ਸ਼ਰਤਾਂ ਕਿਹੜੀਆਂ ਕਿਹੜੀਆਂ? ਪਹਿਲੀ ਸ਼ਰਤ ਤਾਂ ਮੇਰੀ ਇਹ ਹੈ ਕਿ ਇਸਲਾਮ ਨੂੰ ਕਬੂਲ ਕਰ ਲਓ। ਸਾਧ ਸੰਗਤ ਜੀ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਇਹ ਨਹੀਂ ਕਿਹਾ ਘਰ ਵਾਸਤੇ ਲੜੇ, ਇਹ ਨਹੀਂ ਕਿਹਾ ਪਰਿਵਾਰ ਵਾਸਤੇ ਲੜੇ, ਇਹ ਨਹੀਂ ਕਿਹਾ ਸਾਧ ਸੰਗ ਕਿਸੇ ਬਿਜ਼ਨਸ ਵਾਸਤੇ ਲੜੇ। ਸੂਰਾ ਕੌਣ ਹੈ? ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਅਤ ਹੈ ਸੂਰਾ। ਆਤਮ ਜਿਣੇ ਸਗਲ ਵਸਤਾ ਕਹਿ ਜਾ ਕਾ ਸਤਿਗੁਰੂ ਪੂਰਾ। ਮਾਫ ਕਰਨਾ ਪਾਸ਼ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡਾ ਖੇਤ। ਕਦੇ ਸੂਰ ਮੈਂ ਆਪਣਾ ਧਰਮ ਦਾ ਰਾਹ ਨਹੀਂ ਛੱਡਿਆ ਕਰਦੇ। ਜੇ ਸਾਸ ਚੋਰ ਚੋਰੀ ਛੱਡਣ ਲਈ ਤਿਆਰ ਨਹੀਂ, ਠੱਗ ਠੱਗੀ ਛੱਡਣ ਲਈ ਤਿਆਰ ਨਹੀਂ, ਇੱਕ ਸ਼ਰਾਬੀ ਤਰਲੇ ਕਰ ਕਰਕੇ ਮਰਜ਼ੀ ਦਾ ਸ਼ਰਾਬ ਛੱਡਦੇ ਸਰੀਰ ਲਈ ਹਾਨੀਕਾਰਕ ਹੈ, ਇੱਕ ਸ਼ਰਾਬੀ ਸ਼ਰਾਬ ਛੱਡਣ ਲਈ ਤਿਆਰ ਨਹੀਂ, ਇੱਕ ਮਾਫ ਕਰਨਾ ਗੁਰੂ ਕੀ ਸੰਗਤ ਪਾਪੀ ਪੁਰਸ਼ ਪਾਪ ਛੱਡਣ ਲਈ ਤਿਆਰ ਨਹੀਂ, ਮਾੜਾ ਪੁਰਸ਼ ਮਾੜੇ ਕਰਮ ਛੱਡਣ ਲਈ ਤਿਆਰ ਨਹੀਂ, ਭਲਾ ਧਰਮੀ ਪੁਰਸ਼ ਧਰਮ ਦਾ ਰਾਹ ਕਿਵੇਂ ਛੱਡ ਦੇ, ਧਰਮ ਦਾ ਰਾਹ ਕਿਵੇਂ ਛੱਡ ਦੇਵੇ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ। ਔਰੰਗਜ਼ੇਬ ਨੇ ਕਿਹਾ ਸੀ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ, ਉਹ ਮੇਰੀਆਂ ਤਿੰਨ ਸ਼ਰਤਾਂ ਨੇ। ਪਹਿਲੀ ਸ਼ਰਤ ਮੇਰੀ ਇਹ ਹੈ ਕਿ ਜੇਕਰ ਤੁਸੀਂ ਇਸਲਾਮ ਨੂੰ ਕਬੂਲ ਕਰ ਲਵੋ, ਸਾਡੇ ਪੀਰਾਂ ਪੈਗੰਬਰਾਂ ਦੀ ਤਰ੍ਹਾਂ ਸਤਿਕਾਰੇ ਜਾਓਗੇ, ਸਾਡੇ ਪੀਰਾਂ ਪੈਗੰਬਰਾਂ ਦੇ ਨਾਲੋਂ ਵੀ ਤੁਹਾਡਾ ਵੱਧ ਕੇ ਸਤਿਕਾਰ ਕੀਤਾ ਜਾਵੇਗਾ। ਗੁਰੂ ਸਾਹਿਬ ਨੇ ਆਖਿਆ ਸੀ ਔਰੰਗਜ਼ੇਬ ਸਾਨੂੰ ਲਿਖ ਕੇ ਦੇ ਕਿ ਕੋਈ ਮੁਸਲਮਾਨ ਬਣ ਕੇ ਮਰਦਾ ਨਹੀਂ, ਜੇ ਮੁਸਲਮਾਨ ਬਣ ਕੇ ਵੀ ਮਰ ਜਾਣਾ ਤੇ ਇਹਦੇ ਨਾਲੋਂ ਮਾਫ ਕਰਨਾ ਗੁਰੂ ਕੀ ਸੰਗਤ, ਅਸੀਂ ਜਿਸ ਧਰਮ ਦੇ ਵਿੱਚ ਜਨਮ ਲਿਆ ਮਾਫ ਕਰਨਾ, ਅਵਤਾਰ ਧਾਰਨ ਕੀਤਾ, ਫਿਰ ਅਸੀਂ ਉਸ ਧਰਮ ਨੂੰ ਕਿਵੇਂ ਛੱਡ ਦਈਏ। ਰਹੀ ਗੱਲ ਔਰੰਗਜ਼ੇਬ ਸਾਡੀ ਇੱਕ ਗੱਲ ਦਾ ਜਵਾਬ ਦੇ ਕਿ ਜੇਕਰ ਤੂੰ ਸਾਨੂੰ ਮੁਸਲਮਾਨ ਬਣਾ ਕੇ ਕਰੇਗਾ ਕੀ? ਔਰੰਗਜ਼ੇਬ ਨੇ ਆਖਿਆ ਸੀ ਮੈਂ ਮਹਾਰਾਜ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾ ਕੇ ਖੁਦਾ ਦੀ ਖੁਸ਼ੀ ਪ੍ਰਾਪਤ ਕਰਾਂਗਾ। ਉੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ ਸੀ ਅਕਲ ਦੇ ਅੰਨੇ ਮੁਤਸਵੀ ਬਾਦਸ਼ਾਹ ਔਰੰਗਜ਼ੇਬ, ਗੱਲ ਕਰਨ ਤੋਂ ਪਹਿਲਾਂ ਤੂੰ ਸੋਚ, ਜੇ ਪਰਮੇਸ਼ੁਰ ਨੂੰ ਮੁਸਲਮਾਨ ਹੀ ਪਿਆਰੇ ਹੁੰਦੇ, ਉਹਨੂੰ ਹਿੰਦੂ ਪੈਦਾ ਕਰਨ ਦੀ ਕੀ ਲੋੜ ਸੀ, ਉਹ ਹਿੰਦੂਆਂ ਨੂੰ ਪੈਦਾ ਹੀ ਨਾ ਕਰਦਾ। ਪਰ ਔਰੰਗਜ਼ੇਬ ਨੇ ਕਿਹਾ ਸੀ ਮਹਾਰਾਜ ਬੜੇ ਕਮਾਲ ਦੀ ਗੱਲ ਹੈ, ਸੱਚ ਦੀ ਲੜਾਈ ਲੜੀ ਸਾਡੇ ਸਤਿਗੁਰੂ ਪਾਤਸ਼ਾਹ ਜੀ ਨੇ।
ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਔਰੰਗਜ਼ੇਬ ਨੇ ਆਖਿਆ ਸੀ, ਮਹਾਰਾਜ ਮੈਂ ਬੜਾ ਹੈਰਾਨ ਹਾਂ ਕਿ ਤਿਲਕ ਤੁਸੀਂ ਨਹੀਂ ਲਾਉਂਦੇ, ਜੰਜੂ ਤੁਸੀਂ ਨਹੀਂ ਪਾਉਂਦੇ, ਪਰ ਸ਼ਹੀਦੀ ਉਹਨਾਂ ਲੋਕਾਂ ਲਈ ਦੇਣ ਵਾਸਤੇ ਆ ਗਏ ਹੋ। ਮਾਫ਼ ਕਰਨਾ ਜਿਹੜੇ ਤਿਲਕ ਲਾਉਂਦੇ ਨੇ ਅਤੇ ਜੰਜੂ ਪਾਉਂਦੇ ਨੇ। ਹਜ਼ੂਰ ਨੇ ਕਿਹਾ ਸੀ ਔਰੰਗਜ਼ੇਬ, ਸਵਾਲ ਤਿਲਕ ਅਤੇ ਜੰਜੂ ਦਾ ਨਹੀਂ, ਸਵਾਲ ਇਸ ਗੱਲ ਦਾ ਕਿ ਹੁਣ ਮੁਸਲਮਾਨ ਜ਼ੁਲਮ ਕਰ ਰਹੇ ਨੇ ਹਿੰਦੂਆਂ 'ਤੇ, ਅਤੇ ਅਸੀਂ ਹਿੰਦੂ ਧਰਮ ਦੀ ਰਾਖੀ ਕਰਨ ਵਾਸਤੇ ਆਏ ਹਾਂ, ਪਰ ਔਰੰਗਜ਼ੇਬ ਜੇਕਰ ਹਿੰਦੂ ਮੁਸਲਮਾਨਾਂ ਦੇ ਉੱਤੇ ਜ਼ੁਲਮ ਢਾਉਂਦੇ, ਇਸੇ ਦਿੱਲੀ ਦੇ ਵਿੱਚ ਤੇਗ ਬਹਾਦਰ ਨੇ ਇਸਲਾਮ ਦੀ ਰੱਖਿਆ ਕਰਨ ਵਾਸਤੇ ਆਉਣਾ ਸੀ। ਗੱਲ ਤਾਂ ਜੀ ਮਾਫ਼ ਕਰਨਾ, ਗੁਰੂ ਕੀ ਸੰਗ ਸੂਰਾ ਸੋ ਪਹਿਚਾਨੀਏ। ਔਰੰਗਜ਼ੇਬ ਨੇ ਆਖਿਆ ਸੀ ਮਹਾਰਾਜ ਮਾਫ਼ ਕਰਨਾ, ਜੇ ਇਸਲਾਮ ਕਬੂਲ ਨਹੀਂ ਕਰਨਾ ਇੰਜ ਕਰੋ, ਫਿਰ ਯਾਦ ਰੱਖੋ ਕੋਈ ਕਰਾਮਾਤ ਵਿਖਾ ਦਿਓ। ਹਜ਼ੂਰ ਨੇ ਕਿਹਾ ਸੀ ਕਰਾਮਾਤ ਵਿਖਾਉਣੀ ਸ਼ਰ੍ਹਾਂ ਦੇ ਉਲਟ ਹੈ, ਇਹ ਹਰਗਜ਼ ਨਹੀਂ ਹੋ ਸਕਦਾ। ਕਰਾਮਾਤ ਵਿਖਾ ਕੇ ਸੀ ਪਰਮੇਸ਼ਰ ਦੇ ਖੁਦਾ ਦੇ ਸ਼ਰੀਕ ਨਹੀਂ ਬਣਨਾ। ਅਤੇ ਔਰੰਗਜ਼ੇਬ ਨੇ ਫਿਰ ਤੀਜੀ ਗੱਲ ਕਹੀ ਸੀ, ਮਾਫ਼ ਕਰਨਾ ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਓ, ਜੇਕਰ ਤੁਸੀਂ ਇਸਲਾਮ ਵੀ ਕਬੂਲ ਨਹੀਂ ਕਰਨਾ, ਜੇਕਰ ਤੁਸੀਂ ਕਰਾਮਾਤ ਵੀ ਨਹੀਂ ਵਿਖਾਉਣੀ, ਅਤੇ ਯਾਦ ਰੱਖਿਓ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਸਜ਼ਾ ਦੇ ਦਿਆਂਗਾ। ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ ਸੀ ਔਰੰਗਜ਼ੇਬ ਤੂੰ ਸਾਨੂੰ ਕੀ ਸਜ਼ਾ ਦੇਵੇਂਗਾ? ਔਰੰਗਜ਼ੇਬ ਨੇ ਆਖਿਆ ਮਹਾਰਾਜ ਮੈਂ ਤੁਹਾਨੂੰ ਮਰਵਾ ਦਿਆਂਗਾ। ਮਹਾਰਾਜ ਹੱਸ ਪਏ ਖਿੜ ਖੜਾ ਕੇ, ਲੱਗੇ ਕਿਹੜ ਮੂਰਖ ਔਰੰਗਜ਼ੇਬ, ਇਹ ਕੋਈ ਸਜ਼ਾ ਹੈ? ਮਰਨਾ ਤਾਂ ਕੋਈ ਸਜ਼ਾ ਨਹੀਂ, ਮੌਤ ਤਾਂ ਕੋਈ ਸਜ਼ਾ ਨਹੀਂ, ਮਾਫ਼ ਕਰਨਾ ਔਰੰਗਜ਼ੇਬ ਇਹ ਤਾਂ ਕੋਈ ਨਵੀਂ ਗੱਲ ਨਹੀਂ, ਮਰ ਤਾਂ ਸਾਰੀ ਦੁਨੀਆ ਨਹੀਂ ਜਾਣਾ, ਇਹ ਤਾਂ ਕੁਦਰਤ ਦਾ ਕਾਨੂੰਨ, ਪਰਮੇਸ਼ਰ ਦਾ ਕਾਨੂੰਨ ਸਾਰੀ ਦੁਨੀਆ 'ਤੇ ਲਾਗੂ ਹੈ। ਪਰ ਔਰੰਗਜ਼ੇਬ ਮਾਫ਼ ਕਰਨਾ ਇਹ ਤਾਂ ਕੋਈ ਸਜ਼ਾ ਨਾ ਹੋ, ਵੀ ਤੂੰ ਸਾਨੂੰ ਮਰਵਾ ਦੇਂਗਾ, ਚਿੰਤਾ ਤਾਂ ਕੀ ਜੀ ਹੈ, ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨੀ ਕੋਏ, ਜਿਹੜੀ ਮੌਤ ਦਾ ਡਰ ਤੂੰ ਔਰੰਗਜ਼ੇਬ ਸਾਨੂੰ ਦੇ ਰਿਹਾ ਹੈ, ਮਾਫ਼ ਕਰਨਾ ਇਸ ਜਿਸ ਮੌਤ ਨੂੰ ਤੂੰ ਮੌਤ ਸਮਝਦਾ, ਉਸ ਮੌਤ ਨੂੰ ਤਾਂ ਅਸੀਂ ਆਪਣਾ ਜੀਵਨ ਸਮਝਦੇ ਹਾਂ, ਉਸ ਮੌਤ ਨੂੰ ਅਸੀਂ ਆਪਣਾ ਜੀਵਨ ਸਮਝਦੇ ਹਾਂ। ਔਰੰਗਜ਼ੇਬ ਇਹ ਤਾਂ ਕੋਈ ਸਜ਼ਾ ਨਾ ਹੋਈ ਕਿ ਤੂੰ ਸਾਨੂੰ ਮਰਵਾ ਦੇਂਗਾ, ਔਰੰਗਜ਼ੇਬ ਇਹ ਦੱਸ ਕਿ ਮਾਫ਼ ਕਰਨਾ ਗੁਰੂ ਕੀ ਸੰਗਤ ਮਰਨਾ ਕੋਈ ਸਜ਼ਾ ਹੈ? ਇਹ ਤਾਂ ਸਭਨਾਂ ਨੂੰ ਮਰਨਾ ਪੈਣਾ, ਇੱਥੇ ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਛ ਨਹੀਂ, ਜਿਮ ਸੁਪਨੇ ਜੂ ਸੰਸਾਰ। ਰਹੀ ਗੱਲ ਔਰੰਗਜ਼ੇਬ, ਔਰੰਗਜ਼ੇਬ ਜਿਹੜੀ ਮੌਤ ਦਾ ਤੂੰ ਸਾਨੂੰ ਡਰ ਦੇ ਰਿਹਾ, ਯਾਦ ਰੱਖੀ ਇੱਥੇ ਸਾਡੇ ਜਿੱਥੇ ਮਾਫ਼ ਕਰਨਾ ਸਾਨੂੰ ਤੂੰ ਮੌਤ ਦਾ ਡਰ ਦੇ ਰਿਹਾ, ਸਾਡੀ ਯਾਦ ਵਿੱਚ ਤਾਂ ਇੱਥੇ ਮੇਲੇ ਲੱਗਿਆ ਕਰਨਗੇ, ਸਾਡੀ ਇਸ ਸਥਾਨ ਦੇ ਉੱਤੇ ਤਾਂ ਮਾਫ਼ ਕਰਨਾ ਸਤਸੰਗ ਅੰਬਰਾਂ ਦੇ ਤਾਰੇ ਕੰਬ ਉੱਠਦੇ, ਜਦੋਂ ਵਰਕਾ ਇਤਿਹਾਸ ਦਾ ਖੁੱਲਦਾ ਏ, ਉਸ ਥਾਂ ਨੂੰ ਦੁਨੀਆ ਪੂਜਦੀ ਜਿੱਥੇ ਖੂਨ ਸ਼ਹੀਦਾਂ ਦਾ ਡੁੱਲਦਾ। ਔਰੰਗਜ਼ੇਬ ਸਾਡੀ ਯਾਦ ਵਿੱਚ ਤਾਂ ਲੋਕ ਇੱਥੇ ਨਮਸਕਾਰਾਂ ਕਰਿਆ ਕਰਨਗੇ, ਮੇਲੇ ਲੱਗਿਆ ਕਰਨਗੇ। ਔਰੰਗਜ਼ੇਬ ਯਾਦ ਰੱਖ, ਅੱਜ ਵੀ ਝਾਤੀ ਮਾਰ ਕੇ ਵੇਖੀਏ, ਗੁਰਦੁਆਰਾ ਸੀਸਗੰਜ ਦਿੱਲੀ ਸਾਸ ਚਾਂਦਨੀ ਚੌਂਕ, ਹਜ਼ਾਰਾਂ ਸ਼ਰਧਾਲੂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਵਿੱਤਰ ਸਥਾਨ 'ਤੇ ਨਮਸਕਾਰਾਂ ਕਰਦੇ ਨੇ। ਉਹ ਆਇਆ ਦੂਰੋਂ ਚੱਲ ਕੇ ਤੱਕੀ ਤੋ ਸਰਣਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੇ ਦੁੱਖ ਗਵਾਏ ਜੀਓ। ਹਜ਼ਾਰਾਂ ਸ਼ਰਧਾਲੂ ਉੱਥੇ ਅਰਦਾਸਾਂ ਕਰਦੇ ਨੇ, ਉੱਥੋਂ ਮਾਫ਼ ਕਰਨਾ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ। ਦੂਜੇ ਪਾਸੇ ਫਰੂਕਾਬਾਦ ਦੇ ਵਿੱਚ ਔਰੰਗਜ਼ੇਬ ਦੀ ਕਬਰ ਹੈ, ਉਹਦੀ ਕਬਰ ਦੇ ਉੱਤੇ ਕੁੱਤੇ ਪਿਸ਼ਾਬ ਕਰਦੇ ਨੇ, ਉਹਦੀ ਕਬਰ ਦੇ ਉੱਤੇ ਮੰਗਤੇ ਮੰਗਦੇ ਨੇ ਇਹ ਜਾਣੇ ਵਾਲੇ ਰਾਹੀ,
ਇੱਕ ਪੈਸਾ ਦੇ ਦੇ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਰੰਗਜੇਬ ਭਾਈ ਸਾਨੂੰ ਤੂੰ ਮਾਰ ਨਹੀਂ ਸਕਦਾ, ਅਸੀਂ ਮਰ ਨਹੀਂ ਸਕਦੇ, ਕਿਉਂਕਿ ਮਾਫ ਕਰਨਾ ਨਾਮ ਰਹਿਓ, ਸਾਧੂ ਰਹਿਓ, ਨਾਮ ਕਿਹਨਾਂ ਦਾ ਰਹੇਗਾ ਜਿਹੜੇ ਸਾਸੋ ਪਰਮੇਸ਼ਰ ਦੇ ਨਾਮ ਤੂੰ ਆਪਣਾ ਆਪਾ ਕੁਰਬਾਨ ਕਰ ਦੇਣਗੇ। ਆਖਿਆ ਜੀ ਰੰਗਜੇਬ ਸੂਰਮੇ ਕਦੀ ਮਰ ਕੇ ਮਰਦੇ ਨਹੀਂ, ਮਾਫ ਕਰਨਾ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਅਮਰ ਨਾਮ ਸ਼ਹੀਦਾਂ ਦਾ ਰਹਿਣਾ ਤੇ ਜਦੋਂ ਤੱਕ ਰਹੂ ਦੁਨੀਆ, ਨਾਮ ਸ਼ਹੀਦਾਂ ਦਾ ਰਹਿਣਾ ਜੀ ਜਦੋਂ ਤੱਕ ਰਹੂ ਦੁਨੀਆ, ਅਮਰ ਨਾਮ ਸ਼ਹੀਦਾਂ ਦਾ ਰਹਿਣਾ। ਜਦੋਂ ਤੱਕ ਰਹੂ ਦੁਨੀਆ, ਅਮਰ ਨਾਮ ਸ਼ਹੀਦਾਂ ਦਾ ਰਹਿਣਾ, ਜਦੋਂ ਤੱਕ ਰਹੂ ਦੁਨੀਆ, ਅਮਰ ਨਾਮ ਸ਼ਹੀਦਾਂ ਦਾ। ਪਿਆਰੇ ਜੀ ਜਦੋਂ ਤੱਕ ਰਹੂ ਦੁਨੀਆ, ਪਿਆਰੇ ਜੀ ਜਦੋਂ ਤੱਕ ਰਹੂ ਦੁਨੀਆ, ਪਿਆਰੇ ਜੀ ਜਦੋਂ ਤੱਕ ਰਹੂ ਦੁਨੀਆ, ਵਾਵਾ ਵਾਵਾ ਜਦੋਂ ਤੱਕ ਰਹੂ ਦੁਨੀਆ, ਵਾਵਾ ਵਾਵਾ ਰਹੂ ਦੁਨੀਆ, ਨਾਮ ਸ਼ਹੀਦਾਂ ਦਾ ਰਹਿਣਾ ਜਦੋਂ ਤੱਕ ਰਹੂ ਦੁਨੀਆ, ਅਮਰੋ ਨਾਮ ਸ਼ਹੀਦਾਂ ਦਾ।
ਸਾਧੂ ਰਹੋ ਦਇਓ ਗੁਰ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਉਹ ਕਿਨ ਜਪਿਓ ਗੁਰਮੰਤ। ਅੱਜ ਉਹਨਾਂ ਦੀ ਅਰਦਾਸ ਹੁੰਦੀ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੈ ਸਿਰ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨੇ ਚਰਵਾਏ ਗਏ, ਜਿਉਂਦੇ ਜੀ ਅੱਗਾਂ ਵਿੱਚ ਝੋਕੇਗਾ ਤੇਲ ਪਾ ਸਾੜੇ ਪੈ ਗਏ। ਪੜ੍ਹ ਕੇ ਵੇਖੋ ਲਾਹੌਰ ਤੇ ਕਸੂਰ ਵਰਗੀਆਂ ਜੇਲ੍ਹਾਂ ਦਾ ਜ਼ਿਕਰ, ਮੀਰ ਮਨੂ ਦੁਸ਼ਟ ਦੇ ਰਾਜ ਸਮੇਂ ਖਾਲਸਾ ਜੀ ਸਾਡੀਆਂ ਮਾਵਾਂ ਤੇ ਭੈਣਾਂ ਦੇ ਬੱਚਿਆਂ ਦੇ ਟੁਕੜੇ ਕਰ ਕਰਕੇ, ਉਹਨਾਂ ਦੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਪਰੋ ਪਰੋ ਕੇ ਸਾਡੀਆਂ ਮਾਵਾਂ ਤੇ ਭੈਣਾਂ ਦੇ ਗਲੇ ਦੇ ਵਿੱਚ ਪਾਏ ਜਾਂਦੇ ਰਹੇ, ਸਵਾ ਸਵਾ ਮਨ ਦੇ ਸਿੱਲੇ ਪੀਸਣ ਪੀਸਣ ਵਾਸਤੇ ਦਿੱਤੇ ਜਾਂਦੇ ਰਹੇ। ਜੇ ਕੋਈ ਸਾਡੀ ਮਾਫ ਕਰਨਾ, ਜੇ ਕੋਈ ਮਾਂ ਜਾਂ ਭੈਣ ਗਰਭਵਤੀ ਹੁੰਦੀ, ਇੱਕ ਪੱਥਰ ਉਹਦੀ ਪੇੜ ਦੇ ਥੱਲੇ ਰੱਖ ਕੇ ਦੂਜਾ ਪੱਥਰ ਪੇੜ ਦੇ ਉੱਤੇ ਮਾਰ ਕੇ ਪੇੜ ਦੇ ਬੱਚੇ ਨੂੰ ਪੇੜ 'ਚ ਖਤਮ ਕਰ ਦਿੱਤਾ ਜਾਂਦਾ ਰਿਹਾ। ਪਰ ਸਾਡੀਆਂ ਮਾਵਾਂ ਭੈਣਾਂ ਕਹਿੰਦੀਆਂ ਸਨ, ਯਾਦ ਰੱਖੀ ਮੀਰ ਮਨੂੰ, ਭਾਵੇਂ ਮਾਰ ਕੇ ਮੁਕਾ ਦੇ ਤੁਹਾਨੂੰ ਜਾਲਮਾ, ਸਿੱਖਾਂ ਨਹੀਂ ਮੁਕਾਇਆ ਮੁਕੂਣਾ, ਮਾਰ ਕੇ ਮੁਕਾ ਦੇ ਤੁਹਾਨੂੰ ਜਾਲਮਾ, ਸਿੱਖਾਂ ਨਹੀਂ ਮੁਕਾਇਆ ਮੁਕੂਣਾ, ਭਾਵੇਂ ਮਾਰ ਕੇ ਮੁਕਾ ਦੇ। ਉਹਨਾਂ ਸੂਰਵੀਰਾਂ ਨੂੰ ਯਾਦ ਕੀਤਾ ਜਾਂਦਾ, ਕੌਮ ਦੇ ਸ਼ਹੀਦ ਕਰੇ ਮਰ ਕੇ ਵੀ ਨਹੀਂ ਮਰਦੇ। ਵੇਖੇ ਆਸ਼ਿਕ ਟੂਲੀ ਚੜਦੇ 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 ਕਰਨ ਮਜਾਜਾਂ, ਮੌਤ ਮੂਲ ਨਾ ਡਰਦੇ। ਮੌਤ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਆ, ਮੌਤ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਆ, ਮੌਤ ਮੂਲ ਨਾ ਡਰਦੇ।
ਮਰਨੇ ਤੇ ਜਗ ਡਰਾਂ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਉਹ ਪੂਰਨ ਪਰਮਾਨੰਦ ਚਾਉ ਹੈ ਕਿਸੇ ਨੇ ਚੰਗਾ ਘਰ ਬਣਾ ਲਿਆ ਮਨ 'ਚ ਚਾਉ ਹੈ ਕਿਸੇ ਦਾ ਕਾਰੋਬਾਰ ਚੰਗਾ ਚੱਲ ਗਿਆ ਮਨ ਵਿੱਚ ਚਾਉ ਹੈ ਮਾਫ ਕਰਨਾ ਕਿਸੇ ਨੂੰ ਚੰਗੀ ਜੌਬ ਮਿਲ ਗਈ ਕਿਸੇ ਦਾ ਬੱਚਾ ਚੰਗਾ ਪੜ੍ਹ ਲਿਖ ਕੇ ਕੋਈ ਚੰਗਾ ਵੱਡਾ ਅਫਸਰ ਬਣ ਗਿਆ ਮਨ ਵਿੱਚ ਚਾਉ ਹੈ ਕਿਸੇ ਦੇ ਘਰੇ ਬੱਚੇ ਨੇ ਜਨਮ ਲੈ ਲਿਆ ਮਨ ਵਿੱਚ ਚਾਉ ਹੈ ਕਿਸੇ ਦੇ ਘਰੇ ਕਿਸੇ ਦੀ ਮੌਤ ਹੋ ਜਾਏ ਕੋਈ ਨਹੀਂ ਕਹਿੰਦਾ ਤੁਹਾਡੇ ਮਨ ਵਿੱਚ ਬੜਾ ਚਾਉ ਹੈ ਇੱਥੇ ਨਾਮ ਦੇ ਜਪਣ ਵਾਲਿਆਂ ਨੇ ਇੱਥੇ ਪਿਆਰੇ ਦੇ ਆਸ਼ਕਾਂ ਨੇ ਇੱਥੇ ਧਰਮ ਦੇ ਰਾਹ ਤੇ ਚੱਲਣ ਵਾਲਿਆਂ ਨੇ ਇਹ ਗੱਲ ਕਹਿਤੀ ਮਰਨੇ ਕਾ ਚਾਉ ਹੈ ਮਰੋ ਬਹਾਰ ਕੇ ਦੁਆਰ ਮਤ ਪੂਜੈ ਕੌਣ ਹੈ ਉਹ ਪਰਾ ਹਮਾਰੇ ਬਾਰ ਸੱਚੇ ਪਾਤਸ਼ਾਹ ਜੇ ਮਰੀਏ ਤੇਰੇ ਚਰਨਾਂ 'ਚ ਮਰੀਏ ਜੇ ਜੀਏ ਤਾਂ ਤੇਰੇ ਚਰਨਾਂ ਵਿੱਚ ਜੀਏ ਕਦੇ ਪੜ੍ਹ ਕੇ ਦੇਖੋ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਵਰਗਿਆਂ ਦਾ ਜੀਵਨ ਕਾਲ ਤਾਂ ਦੀ ਜੁੜ ਤੇਰਿਆਂ ਰੰਗਾਂ ਦੇ ਵਿੱਚ ਰੱਤੇ ਨੇ ਕਦੇ ਵੀ ਨੀ ਮੁੱਕ ਮੋੜਦੇ ਜਿਹੜੇ ਤੇਰਿਆਂ ਰੰਗਾਂ ਵਿੱਚ ਰੰਗੇ ਨੇ ਕਦੇ ਵੀ ਨਾ ਮੁੱਕ ਮੋੜਦੇ ਜਿਹੜੇ ਤੇਰਿਆਂ ਰੰਗਾਂ ਦੇ ਵਿੱਚ ਮੁੱਕ ਮੋੜਦੇ ਜੀ ਜਿਹੜੇ ਤੇਰੀਆਂ ਰੰਗਾਂ ਦੇ ਵਿੱਚ ਰੰਗੇ ਨੇ ਕਦੇ ਵੀ ਨਾ ਮੁੱਕ ਮੋੜਦੇ ਜਿਹੜੇ ਤੇਰੀਆਂ ਰੰਗਾਂ ਦੇ ਵਿੱਚ ਜਿੰਨੀ ਚਿੰਜਾਤਾ ਤਾਈ ਚੜ ਚੜ ਪਾਉਂਦੇ ਕੱਚੇ ਬਿਰਗੀ ਜਿੰਨਾ ਡਰ ਨਾ ਆਈ ਮਾਲਕ ਦੇ ਨਾਮ ਨਾਲ ਰੰਗੇ ਨਹੀਂ ਚੜਦੇ ਉਹ ਕਦੀ ਮੁੱਖ ਨਹੀਂ ਮੋੜਦੇ ਪਰ ਜਿਹੜੇ ਕੱਚੇ ਨੇ ਉਹ ਝੜ ਜਾਂਦੇ ਨੇ ਕੱਚੇ ਬੇਰਾਂ ਦੀ ਤਰ੍ਹਾਂ ਖਾਲਸਾ ਜੀ ਗੁਰਮ ਪਿਆਰੇ ਭਾਈ ਸਾਹਿਬ ਭਾਈ ਮਨੀ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਸੇਵਾਦਾਰ ਸਨ ਮੁੱਖ ਗ੍ਰੰਥੀ ਵਜੋਂ ਕਾਲਤਾ ਦੀ ਸੇਵਾ ਕਰਿਆ ਕਰਦੇ ਸਨ ਗੁਰੂ ਕੀ ਸੰਗਤ ਦੀਵਾਲੀ ਦਾ ਤਿਉਹਾਰ ਆ ਗਿਆ ਸਮੇਂ ਦਾ ਹੁਕਮਰਾਨ ਜ਼ਕਰੀਆ ਖਾਨ
ਦੀਵਾਲੀ ਦੇ ਤਿਉਹਾਰ ਤੇ ਖਾਲਸਾ ਦੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਗੋਲਕ ਦੇ ਵਿੱਚੋਂ ਕੁਝ ਮਾਇਆ ਟੈਕਸ ਵਜੋਂ ਕਰ ਵਜੋਂ ਮੰਗੀ ਸੀ ਖਾਲਸਾ ਦੀ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੇ ਜਵਾਬ ਦਿੱਤਾ ਸੀ ਨਵਾਬ ਖਾਨ ਗੁਰੂ ਰਾਮਦਾਸ ਜੀ ਦੀ ਗੋਲਕ ਵਿੱਚ ਐਸਾ ਕੋਈ ਪੈਸਾ ਨਹੀਂ ਜੋ ਟੈਕਸ ਵਜੋਂ ਜੋ ਕਰ ਵਜੋਂ ਜਾਂ ਜਜ਼ੀਏ ਵਜੋਂ ਸ਼ਾਹੀ ਹਕੂਮਤ ਦੇ ਖਜ਼ਾਨੇ ਵਾਸਤੇ ਦਿੱਤਾ ਜਾਵੇ। ਨਵਾਬ ਜ਼ਕਰੀਆ ਖਾਨ ਨੇ ਆਖਿਆ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਯਾਦ ਰੱਖਿਓ, ਜੇ ਗੁਰੂ ਰਾਮਦਾਸ ਜੀ ਦੇ ਘਰ ਦੀ ਗੋਲਕ ਦੇ ਵਿੱਚੋਂ ਕੁਝ ਮਾਇਆ ਟੈਕਸ ਵਜੋਂ ਜਾਂ ਕਰ ਵਜੋਂ ਸ਼ਾਹੀ ਹਕੂਮਤ ਵਾਸਤੇ ਨਾ ਭੇਜੀ ਗਈ, ਸ਼ਾਹੀ ਹਕੂਮਤ ਦੇ ਖਜ਼ਾਨੇ ਵਾਸਤੇ ਨਾ ਭੇਜੀ ਗਈ, ਯਾਦ ਰੱਖਣਾ ਬੜੇ ਬੜੇ ਤਸੀਹੇ ਦੇ ਕੇ ਸ਼ਹੀਦ ਕੀਤੇ ਜਾਵੋਗੇ। ਭਾਈ ਸਾਹਿਬ ਹੋਰਾਂ ਨੇ ਆਖਿਆ ਜੀ ਨਵਾਬ ਖਾਨ ਸਾਡਾ ਸਰੀਰ ਤੁਹਾਡੇ ਹਵਾਲੇ ਹੈ, ਵੱਢ ਲਓ ਕੱਟ ਲਓ ਟੁੱਕ ਲਓ, ਪਰ ਇਹ ਗੱਲ ਸੱਚ ਹੈ ਕਿ ਗੁਰੂ ਰਾਮਦਾਸ ਜੀ ਦੀ ਗੋਲਕ ਚੈਟਾ ਕੋਈ ਪੈਸਾ ਨਹੀਂ ਜੋ ਸ਼ਾਹੀ ਹਕੂਮਤ ਦੇ ਖਜ਼ਾਨੇ ਵਾਸਤੇ ਟੈਕਸ ਜਾਂ ਕਰ ਵਜੋਂ ਖਾਲਸਾ ਦੀ ਦਿੱਤਾ ਜਾਵੇ। ਭਾਈ ਸਾਹਿਬ ਨੂੰ ਖਾਲਸਾ ਦੀ ਲਾਹੌਰ ਸੱਦਿਆ ਗਿਆ। ਸੰਤ ਕਾ ਮਾਰਗ ਧਰਮ ਕੀ ਪੌੜੀ ਗੋਬਿੰਦ ਭਾਗੀ ਪਾਏ, ਹੋ ਜਨਮ ਕੇ ਕਿਲ ਬਿਕ ਨਾਤੇ ਹੱਟਣੀ ਜਿੱਤ ਲਾਏ। ਬੜਾ ਜ਼ੋਰ ਪਾਇਆ ਗਿਆ ਆਪ ਤੇ। ਨਵਾਬ ਜ਼ਕਰੀਆ ਖਾਨ ਵਾਰ ਵਾਰ ਇੱਕੋ ਗੱਲ ਕਹਿੰਦਾ ਸੀ, ਇਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੁਹਾਡੀ ਰਿਹਾਈ ਹੋ ਸਕਦੀ, ਤੁਹਾਡੀ ਜਾਨ ਬਚ ਸਕਦੀ ਹੈ ਜੇਕਰ ਤੁਸੀਂ ਕੁਝ ਮਾਇਆ ਕੁਝ ਪੈਸਾ ਟੈਕਸ ਵਜੋਂ ਗੁਰੂ ਘਰ ਦੀ ਕੋਲਕ ਦੇ ਵਿੱਚੋਂ ਦੇ ਦਿਓ। ਪਰ ਖਾਲਸਾ ਜੀ ਭਾਈ ਸਾਹਿਬ ਇੱਕੋ ਹੀ ਗੱਲ ਕਹੀ ਜਾਂਦੇ ਸਨ, ਨਵਾਬ ਖਾਨ ਸਾਡਾ ਸਰੀਰ ਤੇਰੇ ਹਵਾਲੇ ਹੈ, ਜੋ ਕਰਨਾ ਕਰ ਲੈ, ਪਰ ਖਾਲਸਾ ਜੀ ਪਿਆਰੇ ਜੀ ਕਦ ਵੀ ਨਾ ਮੁੱਖ ਮੋੜ ਦੇ ਸੰਗ ਤੇ, ਕਦ ਵੀ ਨਾ ਮੁੱਖ ਮੋੜ ਦੇ ਸੰਗ ਤੇ, ਮੁੱਕ ਮੋੜ ਦੇ ਸੰਗ ਤੇ, ਕਦੇ ਵੀ ਨਾ ਮੁੱਕ ਮੋੜ ਦੇ ਵਿੱਚ ਰੰਗਨੇ, ਜਿਹੜਾ ਤੇਰੀਆਂ ਰੰਗਾਂ ਵਿੱਚ ਰੰਗਨੇ, ਜਿਹੜਾ ਤੇਰੀਆਂ ਰੰਗਾਂ ਵਿੱਚ, ਤੇਰੀਆਂ
ਰੰਗਾਂ ਦੇ ਵਿੱਚ ਰੰਗਣ ਉਹ ਕਦੇ ਵੀ ਨਾ ਮੁੱਖ ਮੋੜਦੇ ਮੁਕਣਾ ਮੁੜਾਮ ਜਿਨੀ ਤਿੰਜਾਤਾ ਤਾਈ ਚੜ ਚੜ ਪਾਉਂਦੇ ਕੱਚੇ ਬਿਰਗੀ ਜਿੰਨਾ ਤਾਰ ਨਾ ਆਈ ਭਾਈ ਸਾਹਿਬ ਨੇ ਮੂੰਹ ਤੋੜ ਜਵਾਬ ਦੇਣਾ ਕੀਤਾ ਕਾਦੀ ਮਲਾਣੇ ਸਦੇਗਾ ਆਪ ਜੀ ਦਾ ਫਤਵਾ ਲਾਇਆ ਗਿਆ ਭਾਈ ਸਾਹਿਬ ਦੇ ਸਰੀਰ ਦਾ ਬੰਦ ਬੰਦ ਕੱਢ ਕੇ ਭਾਈ ਸਾਹਿਬ ਜੀ ਨੂੰ ਜਿਵੇਂ ਚਾਰੇ ਦਾ ਸੱਟ ਟੋਕਾ ਕੀਤਾ ਜਾਂਦਾ ਇਸ ਤਰ੍ਹਾਂ ਭਾਈ ਸਾਹਿਬ ਦੇ ਸਰੀਰ ਦਾ ਟੋਕਾ ਕਰਕੇ ਸ਼ਹੀਦ ਕਰ ਦਿੱਤਾ ਜਾਵੇ ਜਥੇ ਦੇ ਸਿੰਘਾਂ ਨੇ ਆਖਿਆ ਜੀ ਬਾਬਾ ਜੀ ਅਜੇ ਤੁਹਾਡੀ ਬੜੀ ਲੋੜ ਹੈ ਜਥੇ ਦੇ ਸਿੰਘਾਂ ਨੇ ਆਖਿਆ ਜੀ ਭਾਈ ਸਾਹਿਬ ਭਾਈ ਮਣੀ ਸਿੰਘ ਹੋਰਾਂ ਨੂੰ ਬਾਬਾ ਜੀ ਅਜੇ ਤੁਹਾਡੀ ਬੜੀ ਲੋੜ ਹੈ ਬਾਬਾ ਜੀ ਜੇਕਰ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਗੋਲਕ ਦੇ ਵਿੱਚੋਂ ਕੁਝ ਪੈਸਾ ਟੈਕਸ ਜਾਂ ਕਰ ਵਜੂ ਸਮੇਂ ਦੀ ਹਕੂਮਤ ਨੂੰ ਨਹੀਂ ਦੇਣਾ ਬਾਬਾ ਜੀ ਆਪ ਜੀ ਦੀ ਬੜੀ ਲੋੜ ਆ ਹੁਕਮ ਕਰੋ ਤੁਹਾਡੇ ਸਰੀਰ ਦੇ ਬਰਾਬਰ ਸੋਨਾ ਤੋਲ ਕੇ ਸਮੇਂ ਦੀ ਹਕੂਮਤ ਨੂੰ ਦੇ ਦਿੰਦੇ ਹਾਂ ਖਾਲਸਾ ਜੀ ਭਾਈ ਤਾਂ ਭਾਈ ਮਨੀ ਸਿੰਘ ਹੋਰ ਆਖਿਆ ਜੀ ਸਿੰਘੋ ਸਰੀਰ ਨਾਸ਼ਵੰਤਾ ਚਲਿਆ ਜਾਣਾ ਤੇ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਣ ਜੇ ਸਿਰ ਦਿੱਤਿਆਂ ਪਿਆਰਾ ਮਿਲ ਜਾਏ ਸੌਦਾ ਤਾ ਜਾਣ ਆਖਿਆ ਜੀ ਸਿੰਘ ਸਰੀਰ ਨਾਸ਼ਵੰਤ ਤੇ ਚਲਿਆ ਜਾਣਾ ਇਹ ਰਹਿਣਾ ਨਹੀਂ ਇੱਕ ਦਿਨ ਇਹਨੇ ਜਾਣਾ ਹੀ ਜਾਣਾ ਪਰ ਸਿੰਘ ਜੇਕਰ ਸੁਰ ਦਿੱਤਿਆਂ ਪਿਆਰਾ ਮਿਲ ਜਾਵੇ ਸੌਦਾ ਤੱਤਾ ਜਾਣ ਗਾਪਲਾ ਸਿਰ ਦਿੱਤਿਆਂ ਪਿਆਰਾ ਮਿਲ ਸੌਦਾ ਤੱਤਾ ਜਾਣ ਪਿਆਰਿਆ ਸਿਰ ਦਿੱਤਿਆਂ ਪਿਆਰਾ ਗੰਦਗੀ ਕੀ ਕੋਠੜੀ ਹਰੀਆਂ ਕੀ ਖਾਣ ਜੇ ਤਰ ਦਿੱਤਿਆਂ ਪਿਆਰਾ ਮਿਲ ਜਾ ਸੌਦਾ ਤੱਤਾ ਜਾਣ ਜਲਾਦ ਸੱਦੇਗਾ ਹੁਕਮ ਕੀਤਾ ਜਲਾਦਾਂ ਨੂੰ ਭਾਈ ਸਾਹਿਬ ਦੇ ਸਰੀਰ ਦਾ ਬੰਦ ਬੰਦ ਕੱਢ ਕੇ ਭਾਈ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਜਾਵੇ ਖਾਲਸਾ ਜੀ ਜਲਾਦ ਨੇ ਫੜਿਆ ਟੋਕਾ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕੌਣ
ਨਾਨਕ ਇਹ ਜਗ ਤੂੰ ਮੈਂ ਕਿਨ ਜਪਿਓ ਗੁਰੂ ਮਮਤਾ। ਜਲਾਦ ਨੇ ਫੜਿਆ ਟੋਕਾ, ਜਲਾਦ ਅੱਗੇ ਵਧਿਆ। ਜਲਾਦ ਨੇ ਕੀ ਵੇਖਿਆ, ਬੰਦਾ ਬੜਾ ਬੇਖੌਫ ਹੈ, ਬੰਦਾ ਬੜਾ ਨਿਡਰ ਹੈ, ਬੰਦੇ ਨੂੰ ਡਰ ਹੈ ਨੀ ਕਿਸੇ ਗੱਲ ਦਾ। ਜਲਾਦ ਨੇ ਸੋਚਿਆ ਜੇ ਭਾਈ ਸਾਹਿਬ ਨੂੰ ਛੋਟਾ ਛੋਟਾ ਕਰਕੇ ਕਤਲ ਕੀਤਾ, ਸ਼ਹੀਦ ਕੀਤਾ, ਇਹਨਾਂ ਦੇ ਸਰੀਰ ਦਾ ਅੰਤ ਹੋਣ ਲੱਗਿਆ ਸਮਾਂ ਜ਼ਿਆਦਾ ਲੱਗੂਗਾ ਔਰ ਦੁੱਖ ਦਾ ਸਾਹਮਣਾ ਵੀ ਜ਼ਿਆਦਾ ਸਮਾਂ ਕਰਨਾ ਪਵੇਗਾ। ਜਲਾਦ ਨੇ ਸੋਚਿਆ ਕਿ ਵੱਡਾ ਵੱਡਾ ਕਰਕੇ ਕੱਢਦਾ, ਪਹਿਲਾ ਟੋਕਾ ਕਲਾਈ 'ਤੇ ਮਾਰਾਂਗਾ, ਦੂਜਾ ਟੋਕਾ ਕੋਹਣੀ 'ਤੇ, ਤੀਜਾ ਮੋਢੇ 'ਤੇ ਮਾਰਾਂਗਾ। ਆਹ ਗੁਰੂ ਮੁਖੋ ਪਿਆਰਿਓ, ਮਿੱਤਰਾਂ ਨਾਲ ਮਿੱਤਰ ਹੱਥ ਮਿਲਾਉਂਦੇ ਤਾਂ ਮਿੱਤਰ ਦੇਖੇ ਨੇ, ਸੰਬੰਧੀਆਂ ਨਾਲ ਹੱਥ ਮਿਲਾਉਂਦੇ ਪਿਆਰ ਨਾਲ ਸੰਬੰਧੀ ਵੇਖੇ ਨੇ, ਰਿਸ਼ਤੇਦਾਰਾਂ ਨਾਲ ਹੱਥ ਮਿਲਾਉਂਦੇ ਪਿਆਰ ਨਾਲ ਰਿਸ਼ਤੇਦਾਰ ਵੇਖੇ ਨੇ, ਅਖਾੜਿਆਂ ਦੇ ਵਿੱਚ ਪਹਿਲਵਾਨਾਂ ਦੇ ਨਾਲ ਪਹਿਲਵਾਨ ਹੱਥ ਮਿਲਾਉਂਦੇ ਵੇਖੇ ਨੇ, ਪਰ ਮੌਤ ਦੇ ਨਾਲ ਹੱਥ ਵਿਖਾਉਂਦੇ ਭਾਈ ਮਨੀ ਸਿੰਘ ਨੂੰ ਵੇਖਿਆ ਗੱਲ ਤੁਹਾਡੀ? ਜਲਾਦ ਨੇ ਪਾਇਆ ਭਾਈ ਸਾਹਿਬ ਹੋਰਾਂ, ਭਾਈ ਸਾਹਿਬ ਹੋਰ ਹੋਰਾਂ ਦੇ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਦੇ ਪੰਜੇ ਦੇ ਵਿੱਚ ਪੰਜਾ ਪਾਇਆ। ਤੁਹਾਡਾ ਕੀ ਖਿਆਲ ਹੈ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜਲਾਦ ਦੇ ਪੰਜੇ 'ਚ ਪੰਜਾ ਮਿਲਾ ਰਹੇ ਸੀ, ਉਹ ਤਾਂ ਮੌਤ ਦੇ ਪੰਜੇ ਵਿੱਚ ਪੰਜਾ ਸੀ ਖਾਲਸਾ ਜੀ? ਜਲਾਦ ਨੇ ਪਾਇਆ ਪੰਜੇ ਦੇ ਵਿੱਚ ਪੰਜਾ, ਭਾਈ ਸਾਹਿਬ ਹੋਰਾਂ ਦਾ ਰੱਖਿਆ ਹੱਥ ਮੁੱਢੀ ਦੇ ਉੱਤੇ, ਚਲਾ ਕੇ ਮਾਰਿਆ ਟੋਕਾ ਕਲਾਈ 'ਤੇ। ਭਾਈ ਸਾਹਿਬ ਭਾਈ ਮਨੀ ਸਿੰਘ ਹੱਥ ਪੈ, ਉਹਨਾਂ ਦੀ ਜ਼ਿੰਦਗੀ ਬਹੁਤੀ ਲੰਬੀ ਨਹੀਂ ਹੋਣੀ ਹੁੰਦੀ ਖਾਲਸਾ ਜੀ, ਜਿਹਨਾਂ ਨੇ ਧਰਮ ਵਾਸਤੇ ਜੂਝ ਜਾਣਾ ਹੁੰਦਾ। ਹਮੇਸ਼ਾ ਕੰਡੇ ਦੀ ਜ਼ਿੰਦਗੀ ਲੰਬੀ ਹੁੰਦੀ, ਜ਼ਾਲਮ ਦੀ ਜ਼ਿੰਦਗੀ ਲੰਬੀ ਹੁੰਦੀ, ਫੁੱਲ ਦੀ ਜ਼ਿੰਦਗੀ ਬੜੀ ਛੋਟੀ ਹੈ। ਫੁੱਲ ਸੁਗੰਧੀ ਦੇ ਕੇ ਤੁਰ ਜਾਂਦਾ ਖਾਲਸਾ ਦੀ, ਮਾਫ ਕਰਨਾ। ਕੰਡੇ ਦੀ ਜ਼ਿੰਦਗੀ ਬੜੀ ਲੰਬੀ ਹੁੰਦੀ, ਜ਼ਾਲਮ ਦੀ ਉਮਰ ਬੜੀ ਲੰਬੀ ਹੁੰਦੀ ਖਾਲਸਾ ਦੀ। ਗੁਰੂ ਕੇ ਲਾਲ ਧਰਮ ਵਾਸਤੇ ਜੂਝਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ, ਜਲਾਦ ਨੇ ਖਾਲਸਾ ਦੀ ਜਦੋਂ ਕਲਾਈ 'ਤੇ ਟੋਕਾ ਮਾਰਿਆ ਤੇ ਭਾਈ ਸਾਹਿਬ ਹੱਥ ਪਿਆ, ਆਖਿਆ ਜਲਾਦਾ ਕੀ ਕੀਤਾ ਜੇ? ਆਖਿਆ ਜਲਾਦਾ, ਮੇਰਾ ਬੰਦ ਬੰਦ ਕੱਟਣ ਵਾਲੇ ਜਲਾਦ, ਤੈਨੂੰ ਹੁਕਮ ਹੋਇਆ ਬੰਦ ਬੰਦ ਕੱਟਣ ਦਾ, ਮੈਨੂੰ ਹੁਕਮ ਹੋਇਆ ਬੰਦ ਬੰਦ ਕਟਾਉਣ ਦਾ। ਜਲਾਦਾ, ਤਾਂ ਬੰਦ ਬੰਦ ਕੱਟਣਾ, ਮੈਂ ਬੰਦ ਬੰਦ ਕਟਾਉਣਾ। ਐ ਬੰਦ ਬੰਦ ਕੱਟਣ ਵਾਲੇ ਜਲਾਦ, ਬੰਦ ਕਲਾਈ ਤੋਂ ਸ਼ੁਰੂ ਨਹੀਂ ਹੁੰਦਾ। ਐ ਬੰਦ ਬੰਦ ਕੱਟਣ ਵਾਲੇ ਜਲਾਦ, ਬੰਦ ਤਾਂ ਪੋਟੇ ਤੋਂ ਸ਼ੁਰੂ ਹੁੰਦਾ। ਆਖਿਆ ਬੰਦ ਬੰਦ ਕੱਟਣ ਵਾਲੇ ਜਲਾਦ, ਤੂੰ ਮੈਨੂੰ ਛੋਟੇ ਤੋਂ ਛੋਟਾ ਕਰਕੇ ਕੱਟ, ਮੈਂ ਤੇਰਾ ਜਿਗਰਾ ਵੇਖਦਾ ਕਿ ਬੰਦ ਬੰਦ ਕੱਟਣ ਵਾਲੇ ਕਿਵੇਂ ਹੱਸ ਹੱਸ ਕੇ ਬੰਦ ਬੰਦ ਕੱਢਦੇ ਨੇ। ਜਲਾਦਾ, ਤੂੰ ਮੇਰਾ ਜਿਗਰਾ ਵੇਖ ਕੇ ਬੰਦ ਬੰਦ ਕਟਾਉਣ ਵਾਲੇ ਕਿਵੇਂ ਹੱਸ ਹੱਸ ਕੇ ਬੰਦ ਬੰਦ ਕਟਾਉਂਦੇ ਨੇ ਖਾਲਸਾ ਜੀ? ਭਾਈ ਸਾਹਿਬ ਹੋਰਾਂ ਦੇ ਬਚਨ ਸੁਣ ਕੇ ਜਲਾਦ ਦੇ ਹੱਥੋਂ ਟੋਕਾ ਡਿੱਗ ਪਿਆ ਸੀ, ਭੁੰਜੇ ਜਾ ਪਿਆ ਸੀ ਟੋਕਾ, ਜਲਾਦ ਜਲਾਦ ਬਣਾ ਛੱਡ ਗਿਆ ਸੀ, ਜਲਾਦ ਦਾ ਸਰੀਰ ਠੰਡਾ ਪੈ ਗਿਆ ਸੀ। ਜਲਾਦ ਨੇ ਆਖਿਆ, ਨਵਾਬ ਜ਼ਕਰੀਆ ਖਾਨ, ਮੇਰੇ ਵਿੱਚ ਹਿੰਮਤ ਨਹੀਂ ਪਈ ਕਿ ਮੈਂ ਸਿੰਘ ਦੇ ਸਰੀਰ ਦਾ ਬੰਦ ਬੰਦ ਕੱਢ ਸਕਾਂ। ਹੁਕਮ ਹੋਇਆ ਜੀ ਕਾਲਤਾ ਜੀ ਦੂਜੇ ਜਲਾਦ ਨੂੰ, ਦੂਜੇ ਜਲਾਦ ਨੇ ਫੜਿਆ ਟੋਕਾ ਦੇ ਕੋਲ ਰੱਖ ਲਿਆ ਟੋਕਰਾ, ਕਹਿੰਦੇ ਨੇ ਜਲਾਦ ਬੰਦ ਬੰਦ ਕੱਟੀ ਜਾਂਦਾ ਸੀ, ਟੋਕਰੇ 'ਚ ਰੱਖੀ ਜਾਂਦਾ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੇ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕਰ ਲਿਆ ਸਨ ਖਾਲਸਾ ਜੀ।
ਸਿਮਰੋ ਤਿਮਰ ਤੁਮਰ ਤੁਕ ਪਾਵੋ, ਕਲ ਕਲੇਸ਼ਾਂ ਨੂੰ ਮਾਹੇ ਮਿਟਾਵੋ, ਸਿਮਰੋ ਜੱਟ ਬਤੰਬਰ ਏਕ ਰਾਮ ਜਪਤ ਅਗਨਤ ਅਨੇਕ। ਜਲਾਦ ਬੰਦ ਬੰਦ ਕੱਟੀ ਜਾਂਦਾ ਸੀ, ਟੋਕਰੇ ਵਿੱਚ ਰੱਖੀ ਜਾਂਦਾ ਸੀ। ਭਾਈ ਟਾਬਰਾਂ ਨੇ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕਰ ਲਿਆ ਸਨ। ਖਾਲਸਾ ਦੀ ਉਂਗਲੀਆਂ ਦੇ ਪੋਟੇ ਕੱਟੇ ਗਏ, ਸਾਰੇ ਸਰੀਰ ਦਾ ਕੁਤਰਾ ਕੁਤਰਾ ਕੀਤਾ ਗਿਆ, ਟੋਕਾ ਕੀਤਾ ਗਿਆ, ਜਿਵੇਂ ਟੋਕੇ ਦੇ ਨਾਲ ਅਸੀਂ ਘਰਾਂ ਦੇ ਵਿੱਚ ਮੈਸਾਂ ਵਾਸਤੇ ਚਾਰਾ ਟੁੱਕਦੇ ਹਾਂ। ਕਹਿੰਦੇ ਨੇ ਭਾਈ ਸਾਹਿਬ ਦੇ ਪਵਿੱਤਰ ਚਰਨਾਂ ਦੇ ਪੋਟੇ ਕੱਟੇ ਗਏ, ਸਾਰੇ ਸਰੀਰ ਦਾ ਟੋਕਾ ਟੋਕਾ ਕਰ ਦਿੱਤਾ ਗਿਆ। ਖਾਲਸਾ ਜੀ, ਜਿਹੜਾ ਬੰਦ ਜਲਾਦ ਕੱਢਦਾ ਸੀ ਟੋਕਰੇ 'ਚ ਪਾਈ ਜਾਂਦਾ ਸੀ, ਕਹਿੰਦੇ ਨੇ ਜਦੋਂ ਜਲਾਦ ਨੇ ਗਰਦਨ 'ਤੇ ਟੋਕਾ ਮਾਰਿਆ, ਅੱਠਵੀਂ ਅਸ਼ਟਪਦੀ ਦੇ ਭੋਗ ਪਏ ਸਨ, 16 ਅਸ਼ਟਪਦੀਆਂ ਬਾਕੀ ਰਹਿ ਗਈਆਂ ਸਨ ਸੁਖਮਨੀ ਸਾਹਿਬ ਦੇ ਪਾਠ ਦੀਆਂ ਪੜ੍ਹਨ ਵਾਲੀਆਂ, 16 ਅਸ਼ਟਪਦੀਆਂ ਦਾ ਪਾਠ ਖਾਲਸਾ ਦੀ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਦੇ ਸਰੀਰ ਦੇ ਕੱਟੇ ਕੱਟੇ ਬੰਦਾ ਬੰਦਾ ਨੇ ਕੀਤਾ ਸੀ ਖਾਲਸਾ ਦੀ। ਉੱਥੇ ਮੌਤ ਕਿੱਥੇ ਰਹਿ ਗਈ ਸੀ? ਨਾਮ ਅਮਰ ਸ਼ਹੀਦਾਂ ਦਾ ਰਹਿਣਾ, ਜਦੋਂ ਤੱਕ ਰਹੂ ਦੁਨੀਆ, ਨਾਮ ਅਮਰ ਸ਼ਹੀਦਾਂ ਦਾ ਰਹਿਣਾ, ਜਦੋਂ ਤੱਕ ਰਹੂ ਦੁਨੀਆ, ਨਾਮ ਅਮਰ ਸ਼ਹੀਦਾਂ ਦਾ। ਕਿੰਨਾ ਕਿੰਨਾ ਦੀ ਗਿਣਤੀ ਕਰੀਏ, ਅੱਜ ਦੁਨੀਆ ਪੂਜਦੀ ਉਹਨਾਂ ਨੂੰ ਸ਼ਹੀਦਾਂ ਨੂੰ। ਖਾਲਸਾ ਜੀ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਸਰਹੰਦ ਦੀ ਖੂਨੀ ਦੀਵਾਰ ਦੇ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਛੋਟੇ ਦੁੱਧ ਚੁੰਗਦੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਜੀ, ਜਦੋਂ ਚਿਣੇ ਜਾ ਰਹੇ ਸਨ। ਅੱਜ ਕਿਸੇ ਨੂੰ ਕਹੀਏ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਓ, ਕਹਿੰਦੇ ਨੇ ਤੁਹਾਡੀਆਂ ਮਜਬੂਰੀਆਂ ਨੇ ਖਾਲਸਾ ਦੀ। ਵਜੀਦਾ ਖਾਂ ਕਹਿੰਦਾ ਸੀ, ਇਹ ਤਤਗੁਰ ਗੁਰੂ ਕਲਗੀਧਰ ਪਾਤਸ਼ਾਹ ਦੇ ਬੱਚਿਓ, ਇੰਜ ਕਰੋ ਸਿਰਾਂ ਦੇ ਕੇਸ ਕਤਲ ਕਰਵਾ ਕੇ ਇਸਲਾਮ ਕਬੂਲ ਕਰ ਲਓ, ਸਮਾਂ ਆਉਣ ਤੇ ਤੁਹਾਨੂੰ ਜਦੋਂ ਜਵਾਨੀ ਉਮਰ 'ਚ ਜਾਵੋਗੇ ਤੁਹਾਨੂੰ ਆਪਣੀਆਂ ਲੜਕੀਆਂ ਦੇ ਡੋਲੇ ਦੇ ਦਿਆਂਗਾ, ਤੁਹਾਨੂੰ ਵਜ਼ੀਰੀਆਂ ਦਿੱਤੀਆਂ ਜਾਣਗੀਆਂ, ਤੁਹਾਡੇ ਨਾਂ 'ਤੇ ਜਗੀਰਾਂ ਕਰਵਾਤੀਆਂ ਜਾਣਗੀਆਂ। ਪਰ ਖਾਲਸਾ ਜੀ, ਧਰਮ ਦੇ ਮਾਰਗ 'ਤੇ ਚੱਲਣ ਵਾਲੇ ਕਦੀ ਆਪਣਾ ਰਾਹ ਨਹੀਂ ਬਦਲਿਆ ਕਰਦੇ, ਕਿਉਂਕਿ ਇਹ ਧਰਮ ਦਾ ਮਾਰਗ ਹੈ। ਕਲਗੀਧਰ ਪਾਤਸ਼ਾਹ ਦੇ ਛੋਟੇ ਛੋਟੇ ਦੁੱਧ ਚੁੰਘਦੇ ਸਾਹਿਬਜ਼ਾਦੇ ਕਹਿ ਰਹੇ ਸਨ, ਉਹ ਕੁੱਤੇ ਵਜੀਦੇ ਖਾਂ ਇੱਥੇ ਤੁਹਾਡੀ ਯਾਦ ਵਿੱਚ ਮੇਲੇ ਲੱਗਿਆ ਕਰਨਗੇ, ਪਰ ਯਾਦ ਰੱਖੀਓ ਲੋਕੀ ਤੇਰੇ ਨਾਂ 'ਤੇ ਫਿਟਕਾਰਾਂ ਪਾਇਆ ਕਰਨਗੇ।
ਇੱਕ ਦਿਨ ਸਮਾਂ ਆਉਣ ਤੇ ਤੂੰ ਕੁੱਤੇ ਦੀ ਮੌਤ ਵੀ ਮਰੇਗਾ। ਪਰ ਵਜੀਦ ਖਾਨ, ਜੋ ਤੇਰੇ ਮਨ ਵਿੱਚ ਗੱਲ ਬੈਠੀ ਹੈ, ਅਸੀਂ ਆਪਣਾ ਧਰਮ ਦਾ ਰਾਹ ਛੱਡ ਦਈਏ। ਯਾਦ ਰੱਖੀ ਵਜੀਦ ਖਾਨ, ਸੀਸ ਦੇ ਦੇਣਾ ਧਰਮ ਨਹੀਂ ਛੱਡਣਾ, ਨੀਹਾਂ ਦੇ ਵਿੱਚੋਂ ਲਾਲ ਬੋਲਦੇ ਸੀਸ ਦੇ ਦੇਣਾ ਧਰਮ ਨਹੀਂ ਛੱਡਣਾ, ਨੀਹਾਂ ਦੇ ਵਿੱਚੋਂ ਲਾਲ ਬੋਲਦੇ ਸੀਸ ਦੇ ਦੇਣਾ ਧਰਮ ਨਹੀਂ। ਲਾਲ ਬੋਲ ਤੇ ਜੀਤ ਦੇ ਦੇਣਾ ਧਰਮ ਨਹੀਂ ਛੱਡਣਾ, ਨੀਆਂ ਦਾ ਵਿੱਚੋਂ ਲਾਲ ਬੋਲ ਦੇ ਮੰਗਦਾ, ਕੋਈ ਕੁਝ ਮੰਗਦਾ, ਬਸ ਇੱਕੋ ਗੱਲ ਮੰਗਦਾ, ਮੰਗ ਲਓ, ਇੱਕੋ ਗੱਲ ਮੰਗ ਲਓਗੇ ਸਭ ਕੁਝ ਬਣ ਜਾਊਗਾ। ਅੰਮ੍ਰਿਤ ਛਕੀਏ ਗੁਰੂ ਦੇ ਚੱਕ ਬਣੀਏ ਤੇ ਚੱਲੀਏ ਆਨੰਦਪੁਰ ਨੂੰ, ਛਕ ਕੇ ਗੁਰੂ ਦੇ ਚੱਕ ਉਹ ਚੱਲੀਏ ਆਨੰਦਪੁਰ ਨੂੰ, ਅੰਮ੍ਰਿਤ ਛਕ ਕੇ ਗੁਰੂ ਦੇ ਚੱਕ ਅਨੰਦਪੁਰ ਨੂੰ ਜੀ, ਅੰਮ੍ਰਿਤ ਛਕੀਏ ਗੁਰੂ ਦੇ ਚੱਕ ਬਣੀਏ ਚੱਲੀਏ ਅਨੰਦਪੁਰ ਨੂੰ, ਅੰਮ੍ਰਿਤ ਛਕੀਏ
ਛਕੋ ਗੁਰੂ ਵਾਲੇ ਬਣੋ। ਹਮ ਅੰਧਲੇ ਅੰਧ ਵਿਖਿਆ ਬਿਖਰਾਤੇ ਕਿਉਂ ਚਾਲਾ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪਾਲੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਕਦੀ ਛੋਟੇ ਹੁੰਦੇ ਪੜ੍ਹਦੇ ਹੁੰਦੇ ਸਾਂ ਸੰਗ ਤੇ ਧਰਤੀ ਅਨੰਦਪੁਰ ਦੀ, ਜਿੱਤੇ ਸਾਜੀ ਫੌਜ ਅਕਾਲੀ, ਪੰਥ ਦੇ ਵਾਲੀ ਸੰਗ ਤੇ ਖਾਲਸੇ ਨੇ ਖੂਨ ਡੋਲ ਕੇ, ਜਿੱਤੇ ਟਾਕਰੇ ਜ਼ੁਲਮ ਦੇ ਕੀਤੇ ਸਾਲ ਕੇ ਬੀਤੇ, ਧਰਤੀ ਅਨੰਦਪੁਰ ਦੀ। ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਉਹ ਭੁੱਲਿਆ ਨਹੀਂ ਗਿਣਿਆ ਜਾਂਦਾ। ਆਪ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਸਾਹਿਬ ਦੇ ਸਿੱਖ ਬਣੋ, ਫਿਰ ਸਵਾਲ ਹੀ ਪੈਦਾ ਨਹੀਂ ਕਿ ਕਦੀ ਸਿੱਖ ਦੀ ਢਹਿੰਦੀ ਕਲਾ ਹੋ ਜਾਏ। ਮਾਫ਼ ਕਰਨਾ ਉਹੀਆਂ ਭੁੱਲਾਂ ਦੀ ਮਾਫ਼ੀ, ਸਮਾਂ ਆਗਿਆ ਨਹੀਂ ਦਿੰਦਾ, ਸਮਾਂ ਕਾਫ਼ੀ ਜ਼ਿਆਦਾ ਹੋ ਗਿਆ, ਇਹਨੇ ਕੀ ਸ਼ਬਦ ਪ੍ਰਵਾਨ ਕਰੋ। ਫਿਰ ਇੱਕ ਵਾਰੀ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਹੁਣ ਅਨੰਦ ਸਾਹਿਬ ਦਾ ਪਾਠ ਹੋਏਗਾ। ਰਾਮ ਕਲੀ ਮਹੱਲਾ ਤੀਜਾ, ਨੰਦ ਕੁੰਕਾਰ ਤੂੰ ਪਤਾ ਦੂ ਅਨੰਦ ਪਿਆ ਮੇਰੀ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਜਾਗਰਤ ਪੁਰੂ ਵਾਰ ਪਰੀਆਂ ਸ਼ਬਦ ਗਾਉਣ ਆਈਆਂ ਟਬਦਾ ਤੰਗਾਵੋ ਕਾਨਾਂ
ਹੈ ਨਾਨਕ ਉਹਨਾਂ ਫੁੱਲਾਂ ਦੀ ਮਾਫੀ ਹਫ਼ਤੇ ਦੇ ਜੋ ਪਿਆਰ ਕਰੇਗਾ ਉਹ ਗਾਣਾ ਗਾਏਗਾ ਦੀਵਾਨਾ ਹਯਾਤ ਨੂੰ ਪਹਿਚਾਣਾ ਜਾਏਗਾ ਸਿੰਘ ਸ਼ਹੀਦ ਜੈ ਪੁਰਾਤਨ ਅਤੇ ਜੈ ਵਰਤਮਾਨ ਸਮੇਂ ਨੇ ਜਿਹੜਾ ਕੌਮਰੀ ਕੁਰਬਾਨੀ ਕਰੇਗਾ ਆਉਣ ਵਾਲੇ ਸਮੇਂ ਵਿੱਚ ਸਿੱਖ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਉਹਦੀਆਂ ਵਾਰਾਂ ਗਾਉਂਦੀਆਂ ਤਾਈਆਂ ਵਿੱਚ ਵਾਰਾਂ ਗਾਉਂਦੀਆਂ ਰਹਿਣਗੀਆਂ ਖਾਲਸਾ ਜੀ ਉਹਨਾਂ ਫੁੱਲਾਂ ਦੀ ਮਾਫੀ ਜਿਹਨੇ ਸ਼ਬਦ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।